ਮਸੀਹ ਵਿੱਚ ਪਿਆਰੇ ਭੈਣੋ ਅਤੇ ਭਰਾਓ, ਸਾਰਿਆਂ ਨੂੰ ਜੈ ਯਿਸੂ ਦੀ। ਇਹ ਸਾਡਾ ਵਿਸ਼ਵਾਸ ਹੈ ਕਿ ਮੇਰਾ ਪ੍ਰਭੂ ਮੇਰੇ ਨਾਲ ਹੈ, ਮੇਰੇ ਦੁੱਖਾਂ ਦੇ ਵਿੱਚ, ਮੇਰੀਆਂ ਪਰੇਸ਼ਾਨੀਆਂ ਦੇ ਵਿੱਚ। ਜਦੋਂ ਮੈਂ ਪਰੇਸ਼ਾਨ ਹੁੰਦੀ ਹਾਂ, ਕਿ ਮੈਂ ਮਹਿਸੂਸ ਕਰ ਸਕਦੀ ਹਾਂ ਕਿ ਪ੍ਰਭੂ ਮੇਰੇ ਨਾਲ ਨਾਲ ਹੈ। ਪ੍ਰਭੂ ਦਾ ਵਾਅਦਾ ਹੈ, ਮੈਂ ਸਦਾ ਤੀਕਰ ਤੇਰੇ ਨਾਲ ਹਾਂ, ਯੁਗਾਂ ਦੇ ਅੰਤ ਤੀਕਰ। ਕਿ ਇਹ ਪ੍ਰਭੂ ਦਾ ਵਾਅਦਾ ਅਸੀਂ ਆਪਣੀ ਜ਼ਿੰਦਗੀ ਵਿੱਚ ਮਹਿਸੂਸ ਕਰਦੇ ਹਾਂ। ਅੱਜ ਮੈਂ ਤੁਹਾਡਾ ਧਿਆਨ ਪ੍ਰਭੂ ਦੇ ਆਪਣੇ ਦੋ ਚੇਲਿਆਂ ਵੱਲ ਲੈ ਕੇ ਆਉਣਾ ਚਾਹੁੰਦੀ ਹਾਂ। ਪ੍ਰਭੂ ਯਿਸੂ ਮਸੀਹ ਦੀ ਮੌਤ ਤੋਂ ਬਾਅਦ, ਦਫਨਾਏ ਜਾਣ ਤੋਂ ਬਾਅਦ, ਤਕਰੀਬਨ ਤੀਸਰੇ ਦਿਨ ਦੋ ਚੇਲੇ ਬੜੇ ਨਿਰਾਸ਼ ਹੋ ਕੇ ਅਮਾਊਸ ਵੱਲ ਨੂੰ ਜਾਂਦੇ ਹਨ। ਸੰਤ ਲੂਕਾ ਦੀ ਅੰਜੀਲ ਉਹਦੇ 24:13 ਤੋਂ ਲੈ ਕੇ ਤਕਰੀਬਨ ਉਹਦੇ 32 ਵਿੱਚ ਅਸੀਂ ਦੇਖਦੇ ਹਾਂ ਕਿ ਇਹਨਾਂ ਦੋ ਚੇਲਿਆਂ ਦੀ ਕੀ ਹਾਲਤ ਹੈ। ਜਦੋਂ ਇਹ ਦੋ ਚੇਲੇ ਇਮਾਊਸ ਵੱਲ ਜਾ ਰਹੇ ਸਨ ਤਾਂ ਲਿਖਿਆ ਹੋਇਆ ਹੈ, ਯੇਸੂ ਆਪ ਉਹਨਾਂ ਦੇ ਲਾਗੇ ਆ ਕੇ ਤੁਰਨ ਲੱਗੇ। ਮੈਂ ਫਿਰ ਤੁਹਾਡਾ ਧਿਆਨ ਇਸ ਲਾਈਨ ਵੱਲ ਲਿਆਉਣਾ ਚਾਹੁੰਦੀ ਹਾਂ, ਜਦੋਂ ਉਹ ਇਸ ਤਰ੍ਹਾਂ ਆਪੋ ਵਿੱਚ ਗੱਲਾਂ ਕਰਦੇ ਅਤੇ ਵਿਚਾਰਾਂ ਦਾ ਵਟਾਂਦਰਾ ਕਰਦੇ ਜਾ ਰਹੇ ਸਨ ਤਾਂ ਯੇਸੂ ਆਪ ਉਹਨਾਂ ਦੇ ਨਾਲ ਆ ਕੇ ਤੁਰਨ ਲੱਗ ਗਏ। ਹੁਣ ਇਹ ਚੇਲਿਆਂ ਦੀ ਕੀ ਦਸ਼ਾ ਸੀ ਉਸ ਵੇਲੇ, ਇਹਨਾਂ ਦੀ ਕੀ ਹਾਲਤ ਸੀ, ਕਿਸ ਦਸ਼ਾ ਵਿੱਚ ਸਨ ਉਹ? ਯੇਸੂ ਨੇ ਉਹਨਾਂ ਨੂੰ ਦੇਖਿਆ, ਪਰ ਚੇਲਿਆਂ ਨੇ ਯੇਸੂ ਨੂੰ ਪਹਿਚਾਣਿਆ ਤੱਕ। ਯੇਸੂ ਨੇ ਚੇਲਿਆਂ ਵੱਲ ਦੇਖਿਆ, ਪਰ ਚੇਲਿਆਂ ਨੇ ਯੇਸੂ ਨੂੰ ਪਹਿਚਾਣਿਆ ਤੱਕ ਨਾ। ਕਿਉਂ? ਚੇਲੇ ਯੇਸੂ ਨੂੰ ਪਹਿਚਾਣ ਨਾ ਸਕੇ। ਇਹੀ ਚੇਲੇ ਜੋ ਯੇਸੂ ਦੇ ਨਾਲ ਤੁਰਦੇ ਫਿਰਦੇ ਸਨ, ਜਿਨ੍ਹਾਂ ਨੇ ਯੇਸੂ ਦੇ ਨਾਲ ਬਹਿ ਕੇ ਖਾਧਾ, ਯੇਸੂ ਦੇ ਨਾਲ ਉੱਠੇ, ਯੇਸੂ ਦੇ ਨਾਲ ਬੋਲਦੇ ਸਨ, ਯੇਸੂ ਤੋਂ ਸਿੱਖਿਆ, ਉਸੇ ਯੇਸੂ ਮਸੀਹ ਨੂੰ ਪਹਿਚਾਣ ਨਾ ਪਾਏ। ਇਹ ਦੇਖਣਾ ਜ਼ਰੂਰੀ ਹੈ ਕਿ ਚੇਲਿਆਂ ਦਾ ਹਾਲ ਕੀ ਹੈ, ਕਿਸ ਦਸ਼ਾ ਵਿੱਚ ਨੇ ਚੇਲੇ। ਯੇਸੂ ਨੇ ਉਹਨਾਂ ਤੋਂ ਇੱਕ ਸਵਾਲ ਪੁੱਛਿਆ। ਯੇਸੂ ਉਹਨਾਂ ਤੋਂ ਪੁੱਛਿਆ, ਤੁਸੀਂ ਆਪਸ ਵਿੱਚ ਤੁਰੇ ਜਾਂਦੇ ਹੋਏ ਇਹ ਕੀ ਗੱਲਾਂ ਕਰ ਰਹੇ ਹੋ? ਤੁਸੀਂ ਆਪਸ ਵਿੱਚ ਤੁਰੇ ਜਾਂਦੇ ਹੋਏ ਕੀ ਗੱਲਾਂ ਕਰ ਰਹੇ ਹੋ? ਤਾਂ ਉਹਨਾਂ ਵਿੱਚ ਇੱਕ ਚੇਲਾ ਜਿਸ ਦਾ ਨਾਂ ਕਲੋਪਾਸ ਸੀ ਬੋਲਿਆ ਕਿ ਯਰੂਸ਼ਲਮ ਵਿੱਚ ਤੂੰ ਹੀ ਇਕੱਲਾ ਇੱਕ ਆਦਮੀ ਹੈ, ਤੂੰ ਹੀ ਇਕੱਲਾ ਅਜਿਹਾ ਅਜਨਬੀ ਹੈ ਜਿਸ ਨੂੰ ਪਤਾ ਨਹੀਂ ਕਿ ਇਹਨਾਂ ਦਿਨਾਂ ਵਿੱਚ ਇੱਥੇ ਕੀ ਵਾਪਰਿਆ ਹੈ। ਉਸਨੇ ਇੰਨੇ ਪਿਆਰ ਨਾਲ ਤਾਂ ਬੋਲਿਆ ਨਹੀਂ ਹੋਣਾ। ਉਹ ਬਿਲਕੁਲ ਖਿਜਿਆ ਹੋਇਆ ਸੀ ਉਹ ਚੇਲਾ, ਅਤੇ ਉਹਨਾਂ ਉਸ ਖਿੱਚ ਖਿਚਾ ਕੇ ਉਸ ਉਹ ਇੰਨਾ ਖਿਜਿਆ ਹੋਇਆ ਸੀ, ਇਸ ਨੂੰ ਗੁੱਸੇ ਵਿੱਚ ਬੋਲਦਾ ਹੈ ਕਿ ਯਰੂਸ਼ਲਮ ਵਿੱਚ ਤੂੰ ਹੀ ਇਕੱਲਾ ਇੱਕ ਅਜਿਹਾ ਆਦਮੀ ਹੈ ਜਿਸ ਨੂੰ ਨਹੀਂ ਪਤਾ ਇਹਨਾਂ ਦਿਨਾਂ ਦੇ ਵਿੱਚ ਕੀ ਚੱਲਦਾ ਪਿਆ ਹੈ। ਪਤਾ ਨਹੀਂ ਕਿਸ ਗੁੱਸੇ ਦੇ ਨਾਲ ਉਹ ਯੇਸੂ ਨੂੰ ਉਸਨੇ ਜਵਾਬ ਦਿੱਤਾ। ਇਹਦਾ ਮਤਲਬ ਕਿ ਉਹ ਖਿਜਿਆ ਪਿਆ ਸੀ। ਮੈਂ ਕਿਹਾ ਚੇਲਿਆਂ ਦੀ ਦਸ਼ਾ ਦੇਖਣੀ ਆ ਆਪਾਂ, ਚੇਲੇ ਖਿਜੇ ਹੋਏ ਨੇ। ਯੇਸੂ ਉਹਨਾਂ ਦੇ ਨਾਲ ਨਹੀਂ ਹੈ, ਚੇਲੇ ਖਿਜੇ ਹੋਏ ਨੇ। ਅੱਗੇ ਯੇਸੂ ਨੇ ਪੁੱਛਿਆ, ਤਾਂ ਫਿਰ ਕੀ ਹੋਇਆ? ਉਸਨੇ ਉੱਤਰ ਦਿੱਤਾ, ਯੇਸੂ ਨਾਸਰੇ ਦੇ ਬਾਰੇ ਜੋ ਪਰਮੇਸ਼ਵਰ ਅਤੇ ਸਾਰੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆਪਣੇ ਸ਼ਬਦਾਂ ਦੇ ਕਰਕੇ ਸ਼ਕਤੀਮਾਨ ਮੰਨਿਆ ਜਾਂਦਾ ਸੀ, ਸ਼ਕਤੀਮਾਨ ਨਬੀ ਮੰਨਿਆ ਜਾਂਦਾ ਸੀ। ਹੈ ਨਹੀਂ ਕਹਿ ਰਹੇ, ਬਲਕਿ ਮੰਨਿਆ ਜਾਂਦਾ ਸੀ। ਯਾਨੀ ਕਿ ਹੁਣ ਉਹਨਾਂ ਦਾ ਵਿਸ਼ਵਾਸ ਹੀ ਨਹੀਂ ਹੈ ਯੇਸੂ ਮਸੀਹ ਦੇ ਉੱਤੇ ਕਿ ਯੇਸੂ ਮਸੀਹ ਇੱਕ ਸ਼ਕਤੀਮਾਨ ਨਬੀ ਹੈ, ਯੇਸੂ ਮਸੀਹ ਸਾਡਾ ਪਰਮੇਸ਼ਵਰ ਹੈ, ਸਾਨੂੰ ਮੁਕਤੀ ਦਿਲਾਉਣ ਵਾਲਾ ਹੈ। ਯੇਸੂ ਦੇ ਇਹ ਚੇਲੇ ਇਮਾਨ ਵਿੱਚ ਟੁੱਟ ਚੁੱਕੇ ਨੇ, ਵਿਸ਼ਵਾਸ ਟੁੱਟ ਗਿਆ ਕਿ ਯੇਸੂ ਹੀ ਬਚਾਉਣ ਵਾਲਾ ਹੈ। ਪਹਿਲਾਂ ਪੂਰੀ ਤਰ੍ਹਾਂ ਖਿਜੇ ਪਏ ਨੇ, ਗੁੱਸੇ 'ਚ ਨੇ, ਦੂਸਰਾ ਇੱਕਦਮ ਇਮਾਨ 'ਚ ਟੁੱਟ ਗਏ ਨੇ, ਵਿਸ਼ਵਾਸ ਹੈ ਹੀ ਨਹੀਂ ਯੇਸੂ ਮਸੀਹ ਦੇ ਉੱਤੇ। ਉਹ ਕਹਿ ਰਹੇ ਨੇ ਉਹ ਸੀ, ਉਹ ਆਪਣੇ ਨਾਂ ਕਰਕੇ ਜਾਣਿਆ ਜਾਂਦਾ ਸੀ, ਪਰਮੇਸ਼ਵਰ ਦੇ ਕੰਮਾਂ ਕਰਕੇ ਜਾਣਿਆ ਜਾਂਦਾ ਸੀ, ਪਰ ਹੁਣ ਕੋਈ ਨਹੀਂ ਹੈ। ਉਹਨਾਂ ਦਾ ਵਿਸ਼ਵਾਸ ਬਿਲਕੁਲ ਟੁੱਟਿਆ ਪਿਆ ਹੈ। ਅੱਗੇ ਉਹ ਕਹਿ ਰਹੇ ਨੇ, ਪਰ ਸਾਡੇ ਮਹਾਂਪੁਰੋਹਿਤਾਂ ਅਤੇ ਨੇਤਾਵਾਂ ਨੇ ਉਸਨੂੰ ਫੜ ਕੇ ਮੌਤ ਦੀ ਸਜ਼ਾ ਦਿਵਾ ਕੇ ਸਲੀਬ ਦੇ ਉੱਤੇ ਚੜਾ ਦਿੱਤਾ।
ਕਿੰਨਾ ਗੁੱਸਾ ਅਤੇ ਵੈਰ ਹੈ ਉਹਨਾਂ ਮਹਾਪੁਰੋਹਿਤਾਂ ਦੇ ਉੱਤੇ, ਉਹਨਾਂ ਨੇਤਾਵਾਂ ਦੇ ਉੱਤੇ, ਉਹਨਾਂ ਦੇ ਮਨਾਂ ਦੇ ਵਿੱਚ ਵੈਰ ਅਤੇ ਗੁੱਸਾ ਭਰਿਆ ਹੋਇਆ ਹੈ। ਪਹਿਲਾਂ ਚੇਲੇ ਖਿਜੇ ਹੋਏ ਨੇ, ਦੂਸਰਾ ਇਮਾਨ ਵਿੱਚ ਟੁੱਟੇ ਪਏ ਨੇ, ਵਿਸ਼ਵਾਸ ਬਿਲਕੁਲ ਟੁੱਟ ਗਿਆ ਹੈ, ਤੀਸਰਾ ਵੈਰ ਹੈ ਮਨ ਦੇ ਵਿੱਚ, ਗੁੱਸਾ ਹੈ, ਵੈਰ ਹੈ ਨਾ ਮਹਾਪੁਰੋਹਿਤ। ਸਾਨੂੰ ਵਿਸ਼ਵਾਸ ਸੀ, ਕਹਿ ਰਹੇ ਨੇ ਸਾਨੂੰ ਵਿਸ਼ਵਾਸ ਸੀ ਕਿ ਉਹ ਹੀ ਹੈ ਜੋ ਇਜ਼ਰਾਇਲ ਨੂੰ ਮੁਕਤੀ ਦੇਵੇਗਾ। ਕਹਿੰਦੇ ਅਸੀਂ ਵਿਸ਼ਵਾਸ ਕੀਤਾ ਉਸ ਦੇ ਉੱਤੇ, ਪਰ ਹੁਣ ਸਾਨੂੰ ਉਸ ਦੇ ਉੱਤੇ ਵਿਸ਼ਵਾਸ ਨਹੀਂ ਹੈ। ਹੁਣ ਉਹ ਕਿੱਥੇ ਗਿਆ? ਮਰ ਗਿਆ ਅਤੇ ਦਫਨਾਇਆ ਗਿਆ, ਉਹਨਾਂ ਨੇ ਮਾਰ ਦਿੱਤਾ। ਵਿਸ਼ਵਾਸ ਹੀ ਨਹੀਂ ਹੈ, ਉਮੀਦ ਹੀ ਨਹੀਂ ਹੈ, ਉਹ ਉਮੀਦ ਵੀ ਟੁੱਟੀ ਪਈ ਹੈ, ਵਿਸ਼ਵਾਸ ਟੁੱਟਾ ਪਿਆ ਹੈ, ਉਮੀਦ ਵੀ ਨਹੀਂ ਹੈ। ਨਾ ਉਮੀਦ ਹੋਣਾ ਯਾਨੀ ਕਿ ਪ੍ਰਭੂ ਦੇ ਖਿਲਾਫ ਹੋ ਜਾਣਾ, ਇਹੀ ਮੰਨਿਆ ਜਾਂਦਾ ਹੈ ਨਾ। ਬਿਲਕੁਲ ਉਮੀਦ ਟੁੱਟੀ ਪਈ ਹੈ ਇਹਨਾਂ ਚੇਲਿਆਂ ਦੀ। ਅੱਗੇ ਅਸੀਂ ਦੇਖਦੇ ਹਾਂ, ਇਸ ਤੋਂ ਇਲਾਵਾ ਅੱਜ ਇਹਨਾਂ ਸਭ ਗੱਲਾਂ ਨੂੰ ਤੀਜਾ ਦਿਨ ਹੋ ਗਿਆ ਹੈ। ਸਾਨੂੰ ਵਿਸ਼ਵਾਸ ਸੀ ਕਿ ਉਹ ਇਜ਼ਰਾਈਲੀਆਂ ਨੂੰ ਮੁਕਤ ਕਰੇਗਾ, ਕਹਿੰਦੇ ਸਾਨੂੰ ਵਿਸ਼ਵਾਸ ਸੀਗਾ ਉਸ ਦੇ ਉੱਤੇ, ਪਰ ਹੁਣ ਨਹੀਂ ਹੈਗਾ, ਉਹ ਤਾਂ ਮਰ ਗਿਆ। ਬਿਲਕੁਲ ਚੇਲੇ ਟੁੱਟੇ ਪਏ ਨੇ, ਇਹ ਹੈ ਹਾਲ ਚੇਲਿਆਂ ਦਾ। ਅਤੇ ਇਸ ਤੋਂ ਬਾਅਦ ਦੇਖੋ ਅੱਗੇ ਉਹ ਕਹਿੰਦੇ ਨੇ, ਸਾਡੇ ਵਿੱਚੋਂ ਕੁਝ ਔਰਤਾਂ ਨੇ ਸਾਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ, ਉਹ ਅੱਜ ਬਹੁਤ ਹੀ ਸਵੇਰੇ ਕਬਰ ਉੱਤੇ ਗਈਆਂ ਅਤੇ ਉੱਥੇ ਯੇਸੂ ਦੀ ਲਾਸ਼ ਉਹਨਾਂ ਨੂੰ ਮਿਲੀ ਹੀ ਨਹੀਂ। ਇੰਨੀ ਵੱਡੀ ਖਬਰ ਉਹਨਾਂ ਨੂੰ ਮਿਲ ਗਈ ਕਿ ਯੇਸੂ ਦੀ ਲਾਸ਼ ਹੀ ਨਹੀਂ ਮਿਲੀ, ਅਤੇ ਸਵਰਗ ਦੂਤ ਨੇ, ਆਪ ਦੂਤ ਨੇ ਦਰਸ਼ਨ ਦੇ ਕੇ ਕਿਹਾ ਹੈ ਕਿ ਯੇਸੂ ਜਿਉਂਦਾ ਹੈ। ਯੇਸੂ ਨੇ ਖੁਦ ਚੇਲਿਆਂ ਨੂੰ ਕਿਹਾ ਸੀਗਾ ਕਿ ਮੈਂ ਤੀਸਰੇ ਦਿਨ ਜੀ ਉੱਠਾਂਗਾ, ਪਰ ਯੇਸੂ ਦੀਆਂ ਗੱਲਾਂ ਉੱਤੇ ਵਿਸ਼ਵਾਸ ਨਹੀਂ। ਦੂਤ ਨੇ ਆ ਕੇ ਉਹਨਾਂ ਔਰਤਾਂ ਨੂੰ ਕਿਹਾ ਯੇਸੂ ਮਸੀਹ ਜਿੰਦਾ ਹੋ ਗਏ, ਪਰ ਚੇਲੇ ਵਿਸ਼ਵਾਸ ਨਹੀਂ ਕਰ ਰਹੇ ਨੇ, ਵਿਸ਼ਵਾਸ ਟੁੱਟਾ ਪਿਆ ਹੈ। ਸੋ ਇਹ ਹੈ ਹਾਲ ਇਹਨਾਂ ਚੇਲਿਆਂ ਦਾ। ਚੇਲੇ ਖਿਜੇ ਪਏ ਨੇ, ਗੁੱਸੇ ਵਿੱਚ ਨੇ, ਵਿਸ਼ਵਾਸ ਪੂਰੀ ਤਰ੍ਹਾਂ ਟੁੱਟ ਗਿਆ ਹੈ, ਵੈਰ ਹੈ ਮਨ ਦੇ ਵਿੱਚ ਮਹਾਪੁਰੋਹਿਤਾਂ ਅਤੇ ਨੇਤਾਵਾਂ ਦੇ ਪ੍ਰਤੀ, ਅਤੇ ਨਾਲੇ ਉਮੀਦ ਹੀ ਨਹੀਂ ਹੈ। ਯੇਸੂ ਨੂੰ ਕੁਝ ਸਮਝ ਨਹੀਂ ਰਹੇ, ਯੇਸੂ ਦੇ ਜੀ ਉੱਠਣ ਦੀ ਖਬਰ ਪਹੁੰਚ ਗਈ ਪਰ ਸਵੀਕਾਰ ਨਹੀਂ ਕਰ ਰਹੇ। ਮੈਂ ਸ਼ੁਰੂ 'ਚ ਤੁਹਾਨੂੰ ਕਿਹਾ ਸੀਗਾ, ਧਿਆਨ ਦੇਣਾ, ਯੇਸੂ ਉਹਨਾਂ ਦੇ ਨਾਲ ਆਪ ਤੁਰੇ ਜਾ ਰਹੇ ਸਨ। ਜਦੋਂ ਯੇਸੂ ਨੂੰ ਛੱਡ ਦਿੱਤਾ ਚੇਲਿਆਂ ਨੇ, ਜਦੋਂ ਚੇਲੇ ਗੁੱਸੇ ਵਿੱਚ ਸਨ, ਉਹਨਾਂ ਦੇ ਮਨ ਦੇ ਵਿੱਚ ਵੈਰ ਭਰਿਆ ਹੋਇਆ ਸੀ, ਉਮੀਦ ਟੁੱਟ ਗਈ ਸੀ, ਯੇਸੂ ਨੇ ਉਹਨਾਂ ਨੂੰ ਨਹੀਂ ਛੱਡਿਆ, ਯੇਸੂ ਉਹਨਾਂ ਦੇ ਨਾਲ ਤੁਰੇ ਜਾ ਰਹੇ ਸਨ। ਭਾਵੇਂ ਅਸੀਂ ਜਿੰਨੇ ਮਰਜ਼ੀ ਪਾਪਾਂ ਵਿੱਚ ਹੋਈਏ, ਭਾਵੇਂ ਅਸੀਂ ਜਿੰਨੇ ਮਰਜ਼ੀ ਦੁੱਖਾਂ ਦੇ ਵਿੱਚ ਹੋਈਏ, ਸਾਡਾ ਪ੍ਰਭੂ ਸਾਨੂੰ ਨਹੀਂ ਛੱਡੇਗਾ। ਜਿਸ ਤਰ੍ਹਾਂ ਚੇਲਿਆਂ ਦੇ ਨਾਲ ਤੁਰਦਾ ਜਾ ਰਿਹਾ ਸੀ, ਆਪ ਉਹਨਾਂ ਦੇ ਨਾਲ ਕਦਮ ਮਿਲਾ ਕੇ ਤੁਰ ਰਿਹਾ ਸੀ, ਉਸੇ ਤਰ੍ਹਾਂ ਪ੍ਰਭੂ ਸਾਡੇ ਨਾਲ ਵੀ ਕਦਮ ਨਾਲ ਕਦਮ ਮਿਲਾ ਕੇ ਤੁਰਦਾ ਹੈ। ਇੱਕ ਵਾਰੀ ਦੀ ਗੱਲ ਹੈ, ਇੱਕ ਲੜਕਾ ਪ੍ਰਭੂ ਦੇ ਉੱਤੇ ਬਹੁਤ ਵਿਸ਼ਵਾਸ ਰੱਖਦਾ ਸੀ, ਬਹੁਤ ਜ਼ਿਆਦਾ ਵਿਸ਼ਵਾਸ ਸੀ ਉਸਦਾ ਪ੍ਰਭੂ ਦੇ ਉੱਤੇ। ਉਸਦੀ ਜ਼ਿੰਦਗੀ ਵਿੱਚ ਪ੍ਰਭੂ ਨੇ ਬਹੁਤ ਖੁਸ਼ੀਆਂ ਦਿੱਤੀਆਂ ਅਤੇ ਹਰ ਖੁਸ਼ੀ ਦੇ ਵੇਲੇ ਉਹ ਕਹਿੰਦਾ ਮੇਰਾ ਪ੍ਰਭੂ ਮੇਰੇ ਨਾਲ ਹੈ, ਪ੍ਰਭੂ ਦੇ ਵਿੱਚ ਛੂਮ ਉੱਠਦਾ, ਮੇਰਾ ਪਰਮੇਸ਼ਵਰ ਮੇਰੇ ਨਾਲ ਹੈ। ਇੱਕ ਦਿਨ ਉਹ ਨਦੀ ਦੇ ਕਿਨਾਰੇ ਜਾ ਰਿਹਾ ਸੀਗਾ, ਦਰਿਆ ਦੇ ਕਿਨਾਰੇ ਜਾ ਰਿਹਾ ਸੀ, ਉੱਥੇ ਰੇਤਾਂ ਸੀ, ਰੇਤਾਂ ਦੇ ਉੱਤੇ ਉਹ ਦੇਖਦਾ ਹੈ ਪੈਰਾਂ ਦੇ ਨਿਸ਼ਾਨ। ਉਹ ਕਹਿੰਦਾ ਮੈਂ ਤਾਂ ਇਕੱਲਾ ਹੀ ਹਾਂ ਇੱਥੇ, ਪਰ ਦੋ ਜਣਿਆਂ ਦੇ ਪੈਰਾਂ ਦੇ ਨਿਸ਼ਾਨ ਨੇ। ਫਿਰ ਉਹ ਖੁਸ਼ੀ ਵਿੱਚ ਹੋਰ ਝੂਮ ਪੈਂਦਾ, ਹਾਂ ਇੱਕ ਤਾਂ ਮੇਰੇ ਪੈਰ ਦੇ ਨਿਸ਼ਾਨ ਨੇ, ਦੂਸਰਾ ਮੇਰੇ ਪ੍ਰਭੂ ਦੇ ਪੈਰਾਂ ਦੇ ਨਿਸ਼ਾਨ ਨੇ, ਕਿਉਂਕਿ ਮੇਰਾ ਪਰਮੇਸ਼ਵਰ ਮੇਰੇ ਨਾਲ ਹੈ। ਉਸਦੀ ਜ਼ਿੰਦਗੀ ਬੜੀ ਸੁੱਖ ਨਾਲ ਬਤੀਤ ਹੋ ਰਹੀ ਸੀ, ਬਹੁਤ ਖੁਸ਼ ਸੀ ਆਪਣੀ ਜ਼ਿੰਦਗੀ ਵਿੱਚ। ਸਮਾਂ ਬੀਤਦਾ ਗਿਆ, ਅਚਾਨਕ ਉਸਦੀ ਜ਼ਿੰਦਗੀ ਵਿੱਚ ਵੀ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਗਈਆਂ, ਬਿਮਾਰੀਆਂ ਆਉਣੀਆਂ ਸ਼ੁਰੂ ਹੋ ਗਈਆਂ, ਸਭ ਕੁਝ ਜ਼ਿੰਦਗੀ 'ਚੋਂ ਜਾਂਦਾ ਰਿਹਾ, ਉਹ ਇਕੱਲਾ ਹੀ ਰਹਿ ਗਿਆ। ਦੁਖੀ ਹੋ ਕੇ ਇੱਕ ਦਿਨ ਉਹ ਫਿਰ ਨਦੀ ਦੇ ਕਿਨਾਰੇ ਜਾ ਰਿਹਾ ਸੀ, ਦਰਿਆ ਦੇ ਕਿਨਾਰੇ ਜਾ ਰਿਹਾ ਸੀ, ਤਾਂ ਉਹ ਜਾਂਦਾ ਹੋਇਆ ਅਚਾਨਕ ਦੇਖਦਾ ਹੈ ਸਿਰਫ ਇੱਕ ਹੀ ਚਨੇ ਦੇ ਪੈਰਾਂ ਦੇ ਨਿਸ਼ਾਨ ਨੇ, ਇੱਕ ਹੀ ਜੋ
ਜੋੜੀ ਪੈਰਾਂ ਦੇ ਨਿਸ਼ਾਨ ਨੇ ਇੱਥੇ। ਉਹ ਪ੍ਰਭੂ ਨੂੰ ਕਹਿੰਦਾ ਹੈ, ਪ੍ਰਭੂ ਤੂੰ ਇੰਨਾ ਬੇਇਨਸਾਫ ਹੈ, ਪ੍ਰਭੂ ਤੇਰੇ ਵਾਅਦੇ ਕਿੱਥੇ ਕਿ ਤੂੰ ਕਿਹਾ ਸੀ ਮੈਂ ਹਮੇਸ਼ਾ ਤੇਰੇ ਨਾਲ ਹਾਂ, ਅੱਜ ਤੂੰ ਮੈਨੂੰ ਛੱਡ ਦਿੱਤਾ। ਜਦੋਂ ਮੈਂ ਖੁਸ਼ ਸਾਂ, ਜਦੋਂ ਮੇਰੀ ਜ਼ਿੰਦਗੀ ਬੜੀ ਹੀ ਸੁਖੀ ਸੀ, ਉਦੋਂ ਤੂੰ ਹਮੇਸ਼ਾ ਮੇਰੇ ਨਾਲ ਨਾਲ ਸੀ, ਅੱਜ ਤੂੰ ਕਿੱਥੇ ਚਲਾ ਗਿਆ, ਅੱਜ ਤੂੰ ਮੈਨੂੰ ਇਕੱਲਾ ਛੱਡ ਦਿੱਤਾ। ਪ੍ਰਭੂ ਨੂੰ ਕੋਸਣ ਲੱਗ ਗਿਆ। ਫਿਰ ਉਹਨੂੰ ਇੱਕ ਆਵਾਜ਼ ਸੁਣਾਈ ਦਿੱਤੀ, ਬੇਟਾ ਤੂੰ ਕੀ ਸੋਚ ਰਿਹਾ ਹੈ, ਇਹ ਤੇਰੇ ਪੈਰਾਂ ਦੇ ਨਿਸ਼ਾਨ ਹੈ, ਇਹ ਮੇਰੇ ਪੈਰਾਂ ਦੇ ਨਿਸ਼ਾਨ ਨੇ, ਇਹ ਤੇਰੇ ਪਰਮੇਸ਼ਵਰ ਦੇ ਪੈਰਾਂ ਦੇ ਨਿਸ਼ਾਨ ਨੇ। ਉਹ ਇੱਕਦਮ ਘਬਰਾ ਗਿਆ, ਪ੍ਰਭੂ ਜੀ ਤੁਹਾਡੇ ਪੈਰਾਂ ਦੇ ਨਿਸ਼ਾਨ? ਪ੍ਰਭੂ ਕਹਿੰਦੇ, ਹਾਂ ਇਹ ਮੇਰੇ ਪੈਰਾਂ ਦੇ ਨਿਸ਼ਾਨ ਨੇ। ਫਿਰ ਉਹ ਕਹਿੰਦੇ, ਫਿਰ ਮੈਂ ਕਿੱਥੇ ਹਾਂ? ਪ੍ਰਭੂ ਕਹਿੰਦੇ, ਜਦੋਂ ਤੂੰ ਦੁੱਖ ਵਿੱਚੋਂ ਗੁਜ਼ਰ ਰਿਹਾ ਸੀ, ਜਦੋਂ ਤੂੰ ਦੁੱਖਾਂ ਦੇ ਸਾਗਰ ਵਿੱਚੋਂ ਗੁਜ਼ਰ ਰਿਹਾ ਸੀ, ਤਾਂ ਮੈਂ ਤੈਨੂੰ ਆਪਣੀ ਗੋਦੀ ਵਿੱਚ ਲੈ ਕੇ ਤੁਰ ਰਿਹਾ ਸਾਂ। ਕਈ ਵਾਰੀ ਮੈਂ ਤੈਨੂੰ ਆਪਣੇ ਮੋਢਿਆਂ ਦੇ ਉੱਤੇ ਚੁੱਕਿਆ, ਕਈ ਵਾਰੀ ਮੈਂ ਤੈਨੂੰ ਆਪਣੀ ਗੋਦ ਵਿੱਚ ਲੈ ਕੇ ਤੁਰਦਾ ਰਿਹਾ। ਜੀ ਹਾਂ, ਜਦੋਂ ਅਸੀਂ ਦੁੱਖਾਂ ਦੇ ਵਿੱਚ ਜਾਂਦੇ ਲੰਘਦੇ ਹਾਂ, ਪਰੇਸ਼ਾਨੀਆਂ ਵਿੱਚ ਲੰਘਦੇ ਹਾਂ, ਤਾਂ ਸਾਡਾ ਪਰਮੇਸ਼ਵਰ ਸਾਨੂੰ ਆਪਣੀ ਗੋਦੀ ਵਿੱਚ ਲੈ ਲੈਂਦੇ ਨੇ, ਆਪਣੀ ਜੱਫੇ ਵਿੱਚ ਸਾਨੂੰ ਜਕੜ ਲੈਂਦੇ ਨੇ, ਆਪਣੇ ਮੋਢਿਆਂ ਦੇ ਉੱਤੇ ਲੈ ਕੇ ਸਾਨੂੰ ਤੁਰਦੇ ਨੇ। ਵਿਸ਼ਵਾਸ ਕਰਨ ਦੀ ਲੋੜ ਹੈ ਕਿ ਮੇਰਾ ਪ੍ਰਭੂ ਹਮੇਸ਼ਾ ਮੇਰੇ ਨਾਲ ਹੈ, ਹਮੇਸ਼ਾ ਮੇਰੇ ਨਾਲ ਨਾਲ ਤੁਰਦਾ ਹੈ। ਜਿਸ ਤਰ੍ਹਾਂ ਉਹ ਆਪਣੇ ਚੇਲਿਆਂ ਦੇ ਨਾਲ, ਜਿਨ੍ਹਾਂ ਨੇ ਆਪ ਆਪਣੇ ਪਰਮੇਸ਼ਵਰ ਨੂੰ ਛੱਡ ਦਿੱਤਾ, ਜਿਨ੍ਹਾਂ ਦੇ ਮਨ ਗੁੱਸੇ ਦੇ ਨਾਲ ਭਰੇ ਹੋਏ ਸਨ, ਜੋ ਖਿੱਚੇ ਪਏ ਸਨ, ਜਿਨ੍ਹਾਂ ਦੇ ਨੇ ਉਮੀਦ ਇਮਾਨ ਸਭ ਕੁਛ ਛੱਡ ਦਿੱਤਾ, ਪ੍ਰਭੂ ਨੇ ਉਹਨਾਂ ਨੂੰ ਨਹੀਂ ਛੱਡਿਆ, ਫਿਰ ਪਰਮੇਸ਼ਵਰ ਸਾਨੂੰ ਕਿਉਂ ਛੱਡੇਗਾ? ਪਰਮੇਸ਼ਵਰ ਸਾਨੂੰ ਵੀ ਬਹੁਤ ਪਿਆਰ ਕਰਦੇ ਨੇ। ਪ੍ਰਭੂ ਕਹਿੰਦੇ ਨੇ, ਤੂੰ ਮੇਰੇ ਲਈ ਬਹੁਮੁੱਲਾ ਹੈ, ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ। ਕਿ ਅਸੀਂ ਉਸ ਪਿਆਰ ਨੂੰ ਮਹਿਸੂਸ ਕਰਦੇ ਹਾਂ। ਅੱਗੇ ਪ੍ਰਭੂ ਇਹਨਾਂ ਚੇਲਿਆਂ ਨੂੰ ਕੁਝ ਕਹਿ ਰਹੇ ਨੇ, ਅੱਜ ਉਹੀ ਸ਼ਬਦ ਪ੍ਰਭੂ ਸਾਨੂੰ ਵੀ ਕਹਿਣਾ ਚਾਹੁੰਦੇ ਨੇ। ਪ੍ਰਭੂ ਯੇਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਬੇਸਮਝ ਹੋ, ਤੁਸੀਂ ਬੇਸਮਝ ਹੋ, ਨਾਦਾਨ ਹੋ ਤੁਸੀਂ। ਕਿਉਂ ਅਸੀਂ ਨਾਦਾਨ ਹਾਂ, ਕਿਉਂ ਅਸੀਂ ਬੇਸਮਝ ਹਾਂ? ਕਿ ਪ੍ਰਭੂ ਕਹਿੰਦੇ ਨੇ, ਤੁਸੀਂ ਨਬੀਆਂ ਦੀਆਂ ਸਭ ਗੱਲਾਂ ਉੱਤੇ ਵਿਸ਼ਵਾਸ ਕਰਨ 'ਚ ਬਹੁਤ ਢਿੱਲੇ ਹੋ। ਨਬੀਆਂ ਨੇ ਜੋ ਇਸ ਕਲਾਮ ਦੇ ਵਿੱਚ ਕਿਹਾ, ਜੋ ਇਸ ਵਚਨ ਦੇ ਵਿੱਚ ਕਿਹਾ, ਅਸੀਂ ਉਸ ਉੱਤੇ ਮਾਨ ਲਿਆਉਣ ਵਿੱਚ ਬਹੁਤ ਢਿੱਲੇ ਹਾਂ। ਫਿਰ ਯੇਸੂ ਨੇ ਮੂਸਾ ਅਤੇ ਨਬੀਆਂ ਦੀਆਂ ਪੁਸਤਕਾਂ ਲੈ ਕੇ ਅੰਤ ਤੱਕ ਪ੍ਰਭੂ ਨੇ ਸਭ ਕੁਛ ਉਸਨੂੰ ਸਮਝਾ ਦਿੱਤਾ, ਸਭ ਕੁਛ ਆਪਣੇ ਚੇਲਿਆਂ ਨੂੰ ਸਮਝਾ ਦਿੱਤਾ, ਜੋ ਵੀ ਗ੍ਰੰਥਾਂ ਵਿੱਚ ਲਿਖਿਆ ਹੋਇਆ ਉਸਦੇ ਬਾਰੇ ਸਮਝਾਉਣਾ ਸ਼ੁਰੂ ਕਰ। ਤੁਰਦੇ ਤੁਰਦੇ ਉਹ ਇੱਕ ਲਾਗੇ ਪਿੰਡ ਵਿੱਚ ਪਹੁੰਚ ਗਏ ਅਤੇ ਚੇਲੇ ਯੇਸੂ ਨੂੰ ਕਹਿਣ ਲੱਗੇ, ਚਲੋ ਤੁਸੀਂ ਸਾਡੇ ਨਾਲ ਅੱਜ ਗੁਰੂ ਜੀ, ਠਹਿਰ ਜਾਓ, ਨਾ ਜਾਓ, ਹਨੇਰਾ ਹੋ ਗਿਆ ਹੈ। ਹਨੇਰਾ ਹੋ ਗਿਆ ਹੈ, ਸੱਚਮੁੱਚ ਹਨੇਰਾ ਹੋਇਆ ਪਿਆ ਸੀ। ਹਨੇਰਾ ਬਾਹਰ ਦਾ ਹਨੇਰਾ ਨਹੀਂ, ਹਨੇਰਾ ਉਹਨਾਂ ਦੀ ਜ਼ਿੰਦਗੀ ਵਿੱਚ ਹੋਇਆ ਪਿਆ ਸੀਗਾ। ਚੇਲਿਆਂ ਨੇ ਨਿਯੋਤਾ ਦੇ ਤਾ, ਪ੍ਰਭੂ ਹਨੇਰਾ ਹੋਇਆ ਪਿਆ ਹੈ, ਨਾ ਜਾਓ। ਕਿਉਂ ਅਸੀਂ ਪ੍ਰਭੂ ਨੂੰ ਨਹੀਂ ਮਹਿਸੂਸ ਕਰਦੇ ਆਪਣੀ ਜ਼ਿੰਦਗੀ ਵਿੱਚ? ਕਿਉਂਕਿ ਹਨੇਰਾ ਹੋ ਗਿਆ ਹੈ। ਹਨੇਰਾ ਸਾਡੀ ਜ਼ਿੰਦਗੀ ਵਿੱਚ ਹੋ ਜਾਂਦਾ ਹੈ, ਹਨੇਰਾ ਸਾਡੇ ਆਪਣੀ ਜ਼ਿੰਦਗੀ ਵਿੱਚ ਹੋ ਜਾਂਦਾ ਹੈ। ਉਸ ਹਨੇਰੇ ਨੂੰ ਦੂਰ ਕਰਨ ਦੇ ਲਈ ਸਾਨੂੰ ਲੋੜ ਹੈ ਪ੍ਰਭੂ ਦੀ। ਫਿਰ ਪ੍ਰਭੂ ਯੇਸੂ ਆਪ ਉਹਨਾਂ ਦੇ ਨਾਲ ਠਹਿਰ ਕੇ, ਲਿਖਿਆ ਹੋਇਆ ਹੈ ਯੇਸੂ ਉਹਨਾਂ ਦੇ ਨਾਲ ਰਹਿਣ ਲਈ ਅੰਦਰ ਗਏ, ਅਤੇ ਜਦੋਂ ਉਹ ਉਹਨਾਂ ਦੇ ਨਾਲ ਭੋਜਨ ਕਰਨ ਬੈਠੇ, ਤਾਂ ਯੇਸੂ ਨੇ ਰੋਟੀ ਲਿੱਤੀ, ਪਰਮੇਸ਼ਵਰ ਦਾ ਧੰਨਵਾਦ ਕਰਦੇ ਹੋਏ ਉਹ ਰੋਟੀ ਨੂੰ ਤੋੜਿਆ। ਲਿਖਿਆ ਹੋਇਆ ਹੈ, ਜਦੋਂ ਯੇਸੂ ਨੇ ਰੋਟੀ ਨੂੰ ਤੋੜਿਆ, ਉਸੇ ਵੇਲੇ ਚੇਲਿਆਂ ਦੀਆਂ ਅੱਖਾਂ ਖੁੱਲ ਗਈਆਂ। ਉਹ ਕਹਿੰਦੇ ਕਿ ਇਹ ਪ੍ਰਭੂ ਹੀ ਸਨ, ਆਪਸ ਵਿੱਚ ਕਹਿਣ ਲੱਗੇ। ਉਸੇ ਵੇਲੇ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਅਤੇ ਉਹਨਾਂ ਨੇ ਯੇਸੂ ਨੂੰ ਪਛਾਣ ਲਿੱਤਾ। ਇੰਨੀ ਦੇਰ ਪੂਰੇ ਰਸਤੇ ਉਹ ਯੇਸੂ ਨੂੰ ਪਹਿਚਾਣ ਨਾ ਸਕੇ, ਯੇਸੂ ਉਹਨਾਂ ਦੇ ਨਾਲ ਗੱਲਾਂ ਕਰ ਰਹੇ ਸਨ, ਪਹਿਚਾਣ ਨਾ ਸਕੇ। ਪਰ ਕਦੋਂ ਪਹਿਚਾਣਿਆ? ਜਦੋਂ ਯੇਸੂ ਨੇ ਰੋਟੀ ਤੋੜੀ, ਯੇਸੂ ਨੇ ਰੋਟੀ ਉਹਨਾਂ ਨੂੰ ਦਿੱਤੀ, ਯੇਸੂ ਉੱਥੋਂ ਗਾਇਬ ਹੋ ਗਏ। ਉਹ ਆਪਣੇ ਆਪ ਨੂੰ ਰੋਟੀ ਦੇ ਰੂਪ ਵਿੱਚ ਚੇਲਿਆਂ ਨੂੰ ਦੇ ਦਿੱਤਾ, ਤਦ ਚੇਲਿਆਂ ਨੇ ਯੇਸੂ ਨੂੰ ਪਹਿਚਾਣਿਆ। ਪ੍ਰਭੂ ਸਾਡੇ ਨਾਲ ਨੇ, ਅਸੀਂ ਕਦੋਂ ਯੇਸੂ ਨੂੰ ਪਹਿਚਾਣਾਂਗੇ? ਪ੍ਰਭੂ ਕਹਿੰਦੇ, ਅਸੀਂ ਬੇਸਮਝ ਹਾਂ,
ਸਾਨੂੰ ਕੁਝ ਨਹੀਂ ਪਤਾ ਕਲਾਮ ਵਿੱਚ ਕੀ ਲਿਖਿਆ ਹੋਇਆ ਹੈ, ਇਸ ਵਚਨ ਦੇ ਵਿੱਚ ਕੀ ਲਿਖਿਆ ਹੋਇਆ। ਅਸੀਂ ਨਾਦਾਨ ਹਾਂ, ਸਾਨੂੰ ਸਮਝਣ ਦੀ ਲੋੜ ਹੈ। ਅਸੀਂ ਨਾਦਾਨ ਹਾਂ, ਇੰਨੇ ਵੱਡੇ ਭੇਦ ਨੂੰ ਨਹੀਂ ਸਮਝ ਰਹੇ। ਪ੍ਰਭੂ ਆਪਣੇ ਆਪ ਨੂੰ ਰੋਜ਼ ਸਾਨੂੰ ਦਿੰਦੇ ਨੇ। ਹਰ ਐਤਵਾਰ ਨੂੰ ਅਸੀਂ ਪ੍ਰਭੂ ਨੂੰ ਸਵੀਕਾਰ ਕਰਦੇ ਹਾਂ ਰੋਟੀ ਦੇ ਰੂਪ ਵਿੱਚ। ਯਿਸੂ ਨੇ ਰੋਟੀ ਤੋੜੀ, ਚੇਲਿਆਂ ਦੀਆਂ ਅੱਖਾਂ ਖੁੱਲ੍ਹ ਗਈਆਂ। ਸਾਡੀਆਂ ਅੱਖਾਂ ਕਿਉਂ ਨਹੀਂ ਖੁੱਲ੍ਹਦੀਆਂ ਜਦੋਂ ਪਾਤਮਾਸ ਦੀ ਕੁਰਬਾਨੀ ਦੇ ਵਿੱਚ ਰੋਟੀ ਨੂੰ ਤੋੜਿਆ ਜਾਂਦਾ ਹੈ? ਤਦ ਸਾਡੀਆਂ ਅੱਖਾਂ ਕਿਉਂ ਨਹੀਂ ਖੁੱਲ੍ਹਦੀਆਂ? ਨਾਦਾਨ ਹਾਂ, ਅਸੀਂ ਨਾਦਾਨ ਹੋਏ ਪਏ ਹਾਂ, ਬੇਸਮਝ ਹੋਏ ਪਏ ਹਾਂ। ਸਾਨੂੰ ਲੋੜ ਹੈ ਵਚਨ ਵਿੱਚ ਡੁੱਬਣ ਦੀ, ਸਾਨੂੰ ਲੋੜ ਹੈ ਪ੍ਰਭੂ ਦੇ ਇਸ ਭੇਦ ਨੂੰ ਸਮਝਣ ਦੀ। ਜੇਕਰ ਸੱਚੇ ਇਮਾਨ ਦੇ ਨਾਲ ਅਸੀਂ ਪਾਕਮਾਸ ਦੀ ਕੁਰਬਾਨੀ ਵਿੱਚ ਹਾਜ਼ਰ ਹੋਵਾਂਗੇ, ਪਾਕਮਾਸ ਦੇ ਵਿੱਚ ਹਿੱਸਾ ਲਵਾਂਗੇ, ਤਾਂ ਜਦੋਂ ਉਹ ਰੋਟੀ ਟੁੱਟਦੀ ਹੈ ਸਾਡੇ ਲਈ, ਅਸੀਂ ਉਸ ਵਿੱਚ ਯਿਸੂ ਨੂੰ ਪਹਿਚਾਣ ਪਾਵਾਂਗੇ। ਤਦ ਅਸੀਂ ਮਹਿਸੂਸ ਕਰਾਂਗੇ ਆਪਣੀ ਜ਼ਿੰਦਗੀ ਵਿੱਚ, ਜਦੋਂ ਬਿਮਾਰ ਹਾਂ ਅਸੀਂ ਮਹਿਸੂਸ ਕਰਾਂਗੇ ਅਸੀਂ ਯਿਸੂ ਦੀਆਂ ਬਾਹਾਂ ਵਿੱਚ ਹਾਂ। ਜਦੋਂ ਅਸੀਂ ਪਰੇਸ਼ਾਨੀਆਂ ਵਿੱਚ ਹਾਂ ਅਸੀਂ ਮਹਿਸੂਸ ਕਰਾਂਗੇ ਅਸੀਂ ਯਿਸੂ ਦੇ ਮੋਢਿਆਂ ਦੇ ਉੱਤੇ ਬੈਠੇ ਹੋਏ ਹਾਂ। ਪ੍ਰਭੂ ਸਾਡੇ ਨਾਲ ਨਾਲ ਰਹਿੰਦੇ ਨੇ। ਅਤੇ ਅੱਗੇ ਚੇਲੇ ਕਹਿੰਦੇ ਨੇ, ਆਪੋ ਵਿੱਚ ਕਹਿਣ ਲੱਗੇ ਕਿ ਜਦੋਂ ਰਾਹ ਵਿੱਚ ਧਰਮ ਗ੍ਰੰਥ ਦੀਆਂ ਗੱਲਾਂ ਸਮਝਾ ਰਹੇ ਸਨ, ਜਦੋਂ ਪਵਿੱਤਰ ਬਾਈਬਲ ਬਾਰੇ ਸਾਨੂੰ ਸਮਝਾ ਰਹੇ ਸਨ, ਤਾਂ ਕੀ ਸਾਡੇ ਦਿਲ ਉਸ ਵੇਲੇ ਉਬਾਲੇ ਨਹੀਂ ਖਾ ਰਹੇ ਸਨ? ਉਹਨਾਂ ਦੇ ਦਿਲ ਉਬਾਲੇ ਖਾ ਰਹੇ ਸਨ, ਪ੍ਰਭੂ ਦੀ ਆਤਮਾ ਉਹਨਾਂ ਵਿੱਚ ਕੰਮ ਕਰਨੀ ਸ਼ੁਰੂ ਕਰ ਦਿੱਤੀ। ਇਸ ਲਈ ਉਹਨਾਂ ਨੇ ਕਿਹਾ, ਪ੍ਰਭੂ ਜੀ ਹਨੇਰਾ ਹੋ ਗਿਆ, ਠਹਿਰੋ ਸਾਡੇ ਨਾਲ। ਸਾਨੂੰ ਵੀ ਲੋੜ ਹੈ ਪ੍ਰਭੂ ਦੇ ਵਚਨ ਨੂੰ ਸਮਝਣ ਦੀ, ਵਚਨ ਪੜ੍ਹਨ ਦੀ, ਤਾਂ ਕਿ ਸਾਡੇ ਦਿਲ ਜਲਣ, ਸਾਡੇ ਦਿਲਾਂ ਵਿੱਚੋਂ ਅੱਗ ਬਲੇ, ਪ੍ਰਭੂ ਦੇ ਪਿਆਰ ਦੀ ਅੱਗ ਬਲੇ, ਕਿ ਸਾਡੇ ਮਨਾਂ ਦੇ ਵਿੱਚ ਪ੍ਰਭੂ ਦਾ ਵਚਨ ਉਬਾਲੇ ਖਾਵੇ। ਕਿਉਂਕਿ ਪ੍ਰਭੂ ਦਾ ਵਚਨ ਕ੍ਰਿਆਸ਼ੀਲ ਹੈ, ਦੋ ਧਾਰੀ ਤਲਵਾਰ ਦੀ ਤਰ੍ਹਾਂ ਤਿੱਖਾ ਹੈ, ਜੋ ਸਾਡੇ ਗੁਰਦਿਆਂ ਨੂੰ ਵਿੰਨ ਦਿੰਦਾ ਹੈ, ਉਹ ਸਾਡੀਆਂ ਸੋਚਾਂ ਤੱਕ ਨੂੰ ਜਾਣਦਾ ਹੈ। ਇਸ ਲਈ ਲੋੜ ਹੈ ਪ੍ਰਭੂ ਦੇ ਵਚਨ ਨੂੰ ਪੜ੍ਹਨ ਦੀ, ਤਾਂ ਅਸੀਂ ਮਹਿਸੂਸ ਕਰਾਂਗੇ ਕਿ ਪ੍ਰਭੂ ਸਾਡੇ ਨਾਲ ਨਾਲ ਤੁਰਦੇ ਨੇ। ਅਸੀਂ ਪ੍ਰਭੂ ਦੀ ਮੌਜੂਦਗੀ ਨੂੰ ਮਹਿਸੂਸ ਕਰਾਂਗੇ ਆਪਣੀ ਜ਼ਿੰਦਗੀ ਵਿੱਚ। ਪਾਕਮਾਸ ਵਿੱਚ ਹਿੱਸਾ ਲੈਣ ਦੀ ਲੋੜ ਹੈ ਵਿਸ਼ਵਾਸ ਦੇ ਨਾਲ, ਸੱਚੀ ਉਮੀਦ ਦੇ ਨਾਲ, ਤਾਂ ਅਸੀਂ ਮਹਿਸੂਸ ਕਰਾਂਗੇ ਭਾਵੇਂ ਅਸੀਂ ਗੁਨਾਹ ਵਿੱਚ ਡੁੱਬੇ ਹੋਏ ਹਾਂ, ਪ੍ਰਭੂ ਸਾਨੂੰ ਨਹੀਂ ਛੱਡਦਾ। ਸਾਨੂੰ ਲੋੜ ਹੈ ਪ੍ਰਭੂ ਵੱਲ ਵਾਪਸ ਆਉਣ ਦੀ। ਸੋ ਆਓ ਅਸੀਂ ਪ੍ਰਭੂ ਵੱਲ ਮੁੜੀਏ, ਸੋ ਆਓ ਅਸੀਂ ਪ੍ਰਭੂ ਵੱਲ, ਪ੍ਰਭੂ ਦੇ ਵਚਨਾਂ ਵੱਲ ਕੰਨ ਦਈਏ। ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਹੱਥਾਂ ਨੂੰ ਜੋੜੀਏ, ਅੱਜ ਪ੍ਰਭੂ ਨੂੰ ਕਹੀਏ, ਪ੍ਰਭੂ ਜੀ ਅੱਜ ਤੁਸੀਂ ਮੈਨੂੰ ਦੱਸਿਆ ਕਿ ਤੁਸੀਂ ਹਮੇਸ਼ਾ ਮੇਰੇ ਨਾਲ ਰਹਿੰਦੇ ਹੋ, ਮੇਰੇ ਦੁੱਖਾਂ ਦੇ ਵੇਲੇ, ਮੇਰੀਆਂ ਪਰੇਸ਼ਾਨੀਆਂ ਦੇ ਵੇਲੇ, ਭਾਵੇਂ ਮੈਂ ਗੁਨਾਹ ਵਿੱਚ ਡਿੱਗ ਜਾਵਾਂ, ਤੁਸੀਂ ਮੈਨੂੰ ਨਹੀਂ ਛੱਡਦੇ, ਬਲਕਿ ਤੁਸੀਂ ਮੈਨੂੰ ਆਪਣੀ ਗੋਦ ਵਿੱਚ ਲੈ ਕੇ ਘੁੰਮਦੇ ਹੋ। ਪ੍ਰਭੂ ਤੁਹਾਡੀ ਮੌਜੂਦਗੀ ਨੂੰ ਮਹਿਸੂਸ ਕਰਨ ਦੇ ਲਈ ਮੈਨੂੰ ਸ਼ਕਤੀ ਦੇ ਦਿਉ, ਤੁਹਾਨੂੰ ਪਹਿਚਾਨਣ ਦੇ ਲਈ ਮੈਨੂੰ ਆਸ਼ੀਸ਼ ਦੇ ਦਿਉ। ਪ੍ਰਭੂ ਜੀ ਵਚਨ ਨੂੰ ਹੋਰ ਡੂੰਘਿਆਈ ਵਿੱਚ ਸਮਝਣ ਦੀ ਮੈਨੂੰ ਸ਼ਕਤੀ ਦੇ ਦਿਉ। ਪ੍ਰਭੂ ਪਾਕਮਾਸ ਦੇ ਵਿੱਚ ਜਦੋਂ ਰੋਟੀ ਤੋੜੀ ਜਾਂਦੀ ਹੈ ਪ੍ਰਭੂ ਜੀ ਮੇਰੇ ਲਈ, ਜਦੋਂ ਤੁਸੀਂ ਆਪਣੀ ਕੁਰਬਾਨੀ ਦਿੰਦੇ ਹੋ ਪ੍ਰਭੂ ਜੀ ਮੇਰੇ ਲਈ, ਤਦ ਤੁਹਾਨੂੰ ਪਹਿਚਾਨਣ ਦੀ ਮੈਨੂੰ ਸ਼ਕਤੀ ਦੇ ਦਿਉ। ਆਮੀਨ। ਸਾਰਿਆਂ ਨੂੰ ਜੈ ਯਿਸੂ ਦੀ।